ਨਾਲ ਧੱਕਾ ਹੋਇਆ ਡੰਗਰ ਚੜਾਉਣ ਸਾਡੇ ਤੇ ਨਾਲ ਪਹਿਲਾਂ ਹੀ ਆਖਿਆ ਵੀ ਅਸੀਂ ਤੁਹਾਨੂੰ ਮਾਰ ਦੇਵਾਂਗੇ, ਤੁਸੀਂ ਬਚ ਜਾਓ ਜਿਵੇਂ ਬਚ ਸਕਦੇ ਤੇ ਤਾਂ ਅਸੀਂ ਤੁਹਾਨੂੰ ਮਾਰ ਦੇਣਾ। ਉਹੀ ਗੱਲ ਇਹਨਾਂ ਕਰ ਕੇ ਦੂਜੇ ਦਿਨ ਇਹਨਾਂ ਮੌਤ ਕਰ ਹੀ ਦਿੱਤੀ ਮੇਰੇ ਪਤੀ ਦੀ। ਆਹ ਤਿੰਨ ਮੇਰੇ ਬੱਚੇ ਹੈਗੇ ਨੇ। ਕਿਵੇਂ ਹੋਈ ਹੈ ਮੌਤ? ਇਹਨਾਂ ਸਕੂਟਰ ਆਦੇ ਰਾਹ 'ਤੇ ਲਈ ਆਉਂਦੇ ਸੀ, ਦੋ ਜਣੇ ਕਿਸੇ ਨੇ ਪਿੱਛੂ ਦੀ ਗੱਡੀ ਮਾਰੀ ਅਤੇ ਮਾਰ ਕੇ ਭੱਜ ਗਿਆ ਗੱਡੀ ਵਾਲਾ, ਅਤੇ ਦੋਵਾਂ ਨੂੰ ਮਾਰ ਗਿਆ। ਗੱਡੀ ਵੱਲ ਤਾਂ ਪਤਾ ਨਹੀਂ ਕੌਣ ਹੈਗਾ ਸੀ ਸਰਪੰਚ, ਦੂਜੇ ਜਿਹੜੇ ਖੜੇ ਸੀ ਆਪਣੇ ਇਲੈਕਸ਼ਨ 'ਤੇ ਉਹਨਾਂ ਧਮਕੀ ਦਿੱਤੀ ਸੀ। ਕਿੰਦੀ ਕਿੰਦੀ ਮੌਤ ਹੋਈ ਹੈ? ਬਲਜੀਤ ਸਿੰਘ ਦੀ ਅਤੇ ਗੁਰਮੀਤ ਸਿੰਘ ਦੀ। ਹਾਂਜੀ, ਇਹ ਸਾਡਾ ਵੀ ਇਹਨਾਂ ਬਹੁਤ ਸਾਡੇ ਨਾਲ ਧੋਖਾ ਕਰ ਦਿੱਤਾ ਸਰਪੰਚੀ ਦਾ, ਇਹਨਾਂ ਸਾਡੇ ਬਾਰੇ ਬਹੁਤ ਗਲਤ ਸੋਚਿਆ, ਨਾ ਕਿ ਤੁਹਾਨੂੰ ਮਾਰ ਹੀ ਦੇਣਾ, ਪਰ ਇਹਨਾਂ ਦੂਜੇ ਦਿਨ ਸਾਡੇ ਮਾਰ ਹੀ ਦਿੱਤੇ ਨੇ ਬੰਦੇ ਦੋ। ਕੀ ਨਾਂ ਤੁਹਾਡਾ? ਬਲਜੀਤ ਕੌਰ, ਪਤੀ ਦੇ ਨਾਮ ਬਲਜੀਤ ਸਿੰਘ। ਐਤਵਾਰ ਲੜਾਈ ਹੋਈ ਸੀ, ਕਹਿੰਦੇ ਗਾਈਆਂ ਨੇ ਜੜਾਂ ਦੇ ਕੀਤਾ, ਅਤੇ ਫਿਰ ਕਹਿੰਦੇ ਵੇਖੀ ਤੁਹਾਡੇ ਨਾਲ ਵੇਖ ਧੱਕਾ ਅਸੀਂ ਵੀ ਕਿਵੇਂ ਕਰਦੇ, ਫਿਰ ਧੱਕਾ ਕਰ ਹੀ ਦਿੱਤਿਆ ਸੀ, ਦੂਜੇ ਦਿਨ ਗੱਡੀ ਮਾਰ ਹੀ ਦਿੱਤੀ ਨੇ। ਗੱਲ ਸੀ ਜੋ ਰਾਤ ਨੂੰ ਲੜਾਈ ਝਗੜਾ ਹੋਇਆ ਸੀ ਬਲਜੀਤ ਸਿੰਘ ਅਤੇ ਪਿੰਡ ਦੇ ਹੋਰ ਕਈ ਬੰਦਿਆਂ ਨਾਲ, ਉਹਨਾਂ ਨੇ ਅੱਗੋਂ ਇਹੀ ਧਮਕੀਆਂ ਦਿੱਤੀਆਂ ਸੀ ਕਿ ਤੂੰ ਜਿਹੜਾ ਕੇਸ ਲਾਇਆ ਸਰਪੰਚੀ ਦੀ, ਇਹਨਾਂ ਦੀ ਰੰਜਸ ਚੱਲਦੀ ਸੀ ਵੀ ਉਹ ਕੇਸ ਵਾਪਸ ਲੈ ਲੈ, ਮੈਂ ਤੈਨੂੰ ਜਾਨੋਂ ਮਾਰ ਦਿਆਂਗੇ। ਉਸ ਕੇਸ ਦੇ ਚੱਲਦੇ ਵਿਰੋਧ ਇਹ ਰਾਤ ਫਿਰ ਇਹਨਾਂ ਇੱਕ ਵਜੇ ਵਾਕਿਆ ਕਰਿਆ, ਐਕਸੀਡੈਂਟ ਰਾਜ ਨੂੰ ਨਾਮ ਦਿੱਤਾ ਗਿਆ, ਐਕਸੀਡੈਂਟ ਕਰਕੇ ਇਹ ਜਵਾਨ ਦੀ ਮੌਤ ਹੋ ਗਈ ਹੈ। ਅਤੇ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅਤੇ ਇਹਨਾਂ 'ਤੇ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ। ਜੋ ਮੋਟਰਸਾਈਕਲ ਵਿੱਚ ਕਾਰ ਮਾਰੀ ਆ ਉਹਨਾਂ ਨੇ, ਮਗਰੋਂ ਆ ਰਿਹਾ ਸੀ, ਉਹ ਆਪਣੇ ਹੱਥ 'ਤੇ ਚੱਲ ਰਹੇ ਆ ਰਿਹਾ ਸੀ ਹਵੇ ਹੱਥ 'ਤੇ, ਅਤੇ ਅਰਨੀ ਵਾਲੀ ਸਾਈਡ ਤੋਂ ਤੇਜ਼ ਰਫਤਾਰ ਨਾਲ ਕਾਰ ਆਈ ਹੈ, ਕਾਰ ਨੇ ਟੱਕਰ ਮਾਰ ਕੇ ਪਿੱਛੋਂ ਅਤੇ ਗਿਰਾ ਦਿੱਤਾ ਹੈ। ਜਦੋਂ ਸੜਕ 'ਤੇ ਡਿੱਗੇ ਨੇ, ਡਿੱਗਦਿਆਂ ਸਾਰੇ ਇੱਕ ਤਾਂ ਮੌਕੇ 'ਤੇ ਮੌਤ ਹੋ ਗਈ ਹੈ, ਦੂਸਰੇ ਦੀ ਹੋਸਪਿਟਲ ਵਿੱਚ ਮੌਤ ਹੋ ਗਈ ਹੈ। ਅਸੀਂ ਇਹ ਹੀ ਮੰਗ ਕਰਦੇ ਹਾਂ ਕਿ ਇਹਨਾਂ 'ਤੇ ਢੁੱਕਵੀਂ ਕਾਰਵਾਈ ਕੀਤੀ ਜਾਵੇ। ਅੱਜ ਵਕਤ ਕਰੀਬ 8:30 ਵਜੇ ਥਾਣਾ ਸਿਟੀ ਫਾਜ਼ਿਲਕਾ ਤੋਂ ਇੱਕ ਟੈਲੀਫੋਨ ਆਇਆ ਕਿ ਦੋ ਆਦਮੀ ਬਲਜੀਤ ਸਿੰਘ ਅਤੇ ਗੁਰਮੀਤ ਸਿੰਘ ਵਾਸੀ ਟਾਹਲੀ ਵਾਲਾ ਬੋਦਲਾ, ਇਹਨਾਂ ਦਾ ਨੇੜੇ ਟਾਹਲੀ ਵਾਲਾ ਬੋਦਲਾ ਕਾਰ ਨਾਲ ਐਕਸੀਡੈਂਟ ਹੋ ਗਿਆ, ਜਿਨ੍ਹਾਂ ਦੀ ਹਸਪਤਾਲ 'ਚ ਮੌਤ ਹੋ ਚੁੱਕੀ ਹੈ। ਕਾਰਵਾਈ ਲਈ ਤਫਤੀਸ਼ੀ ਭੇਜੋ, ਜਿਸ 'ਤੇ ਮੈਂ ਸਮੇਤ ਸਾਥੀ ਕਰਮਚਾਰੀਆਂ ਦੇ ਸਿਵਲ ਹਸਪਤਾਲ ਫਾਜ਼ਿਲਕਾ ਹਾਜ਼ਰ ਆਏ ਹਾਂ, ਜਿੱਥੇ ਬਲਵੀਰ ਸਿੰਘ ਪੁੱਤਰ ਕਰਤਾਰ ਸਿੰਘ ਅਤੇ ਹਰਨੇਕ ਸਿੰਘ ਹਾਜ਼ਰ ਮਿਲੇ, ਜਿਸ 'ਤੇ ਬਲਵੀਰ ਸਿੰਘ ਦਾ ਬਿਆਨ ਜੋ ਕੁਝ ਉਸਨੇ ਲਿਖਿਆ ਗਿਆ, ਬਿਆਨ ਤੋਂ ਜੁਰਮ 279, 337, 304A, 427 IPC ਦਾ ਹੋਣਾ ਪਾਇਆ ਜਾਣ 'ਤੇ ਮੁਕੱਦਮਾ ਥਾਣੇ ਅਰਨੀ ਵਾਲੇ ਕਾਂਸਟੇਬਲ ਭੇਜ ਕੇ ਦਰਜ ਰਜਿਸਟਰ ਕਰਾਇਆ ਗਿਆ ਅਤੇ ਲਾਸ਼ਾਂ ਦਾ ਪੋਸਟਮਾਰਟਮ ਕਰਾਇਆ ਜਾ ਰਿਹਾ, ਤਫਤੀਸ਼ ਜਾਰੀ ਹੈ। ਕਾਰ ਡਰਾਈਵਰ ਮੌਕੇ ਤੋਂ ਕਾਰ ਛੱਡ ਕੇ ਭੱਜ ਗਏ। I-20 ਕਾਰ ਅਤੇ ਇੱਕ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਆ ਉਹ ਹੀਰੋਹਾਂਡਾ ਮੋਟਰਸਾਈਕਲ 'ਤੇ ਸੀਗੀ। ਬਸ ਕਾਰ ਡਰਾਈਵਰ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਚਲਾਉਂਦਾ ਹੋਇਆ ਡਿੱਗ ਡੋਲੇ ਖਾਂਦਾ ਹੋਇਆ ਮੋਟਰਸਾਈਕਲ ਦੇ ਪਿੱਛੋਂ ਕਾਰ ਵਿੱਚ ਮਾਰੀ ਹੈ, ਜਿਸ ਕਰਕੇ ਇਹਨਾਂ ਨੂੰ ਕਾਫੀ ਸੱਟਾਂ ਲੱਗ ਗਿਆ ਅਤੇ ਮੌਤ ਹੋ ਗਈ।